ਕਿਹੜੀ ਕਟਿੰਗ ਕਰਨੀ ਬੱਚਿਆਂ ਦੇ ਦੀ ਫੌਜੀ ਕਟਿੰਗ ਕਰਦੇ ਆ ਕਿੰਨੇ ਪੈਸੇ ਲੈ ਕੇ ਆਇਆ ਅੱਛਾ ਠੀਕ ਹੈ ਹੁਣ ਹਿੱਲੀ ਨਾ ਹਾਂਜੀ ਹਾਂਜੀ ਮੈਂ ਹਲੀ ਦੁਕਾਨ ਤੇ ਆ ਮੈਂ ਆਉਂਦੇ ਟਾਈਮ ਲੈ ਆਵਾਂਗਾ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਭੱਟੀ ਸਾਹਿਬ ਕੀ ਹਾਲ ਜੀ ਖਤ ਕਰਾਣਾ ਸੀ ਅੱਛਾ ਬਹਿਓ 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 ਮੈਂ ਜ਼ਰਾ ਗੱਲ ਕਰ ਲਿਆ ਘਰ ਹਾਂਜੀ ਘਰ ਹਾਂਜੀ ਜੀ ਮੈਂ ਆਉਂਦੇ ਟਾਈਮ ਲੈ ਆਵਾਂਗਾ ਔਰ ਕੀ ਕੀ ਲੈ ਆਣਾ ਹੈ ਅੱਛਾ ਦੁੱਧ ਵੀ ਮੁੱਕ ਗਿਆ ਪੈਂਪਰ ਵੀ ਮੁੱਕ ਗਏ ਨੇ ਕਿੰਨੇ ਦਿਨ ਹੋਏ ਨੇ ਤੈਨੂੰ ਪਤਾ ਤੇ ਇੰਨੀ ਮਹਿੰਗਾਈ ਹੋ ਗਈ ਹੈ ਬੰਦਾ ਕੀ ਕਰੇ ਚਲੋ ਮੈਂ ਲਿਆਵਾਂਗਾ ਹੁਣ ਕੀ ਕਰਾਂ ਟਾਈਮ ਤੋਂ ਪਹਿਲੇ ਹਰ ਚੀਜ਼ ਮੁੱਕੀ ਹੁੰਦੀ ਹੈ ਅਸਲਾਮੁਅਲੈਕਮ ਸਵਾਲੀ ਜੀ ਵਾਲੇਕੁਮ ਸਲਾਮ ਕੀ ਹਾਲ ਹੈ ਰਮਦੂ ਠੀਕ ਹੈ ਓ ਮੈਂ ਠੀਕ ਹਾਂ ਮਾਸ਼ਾਅੱਲਾ ਅੱਜ ਤੇ ਬੜਾ ਚਮਕ ਰਿਹਾ ਖੈਰ ਹੈ ਖੁਸ਼ ਖੁਸ਼ ਲੱਗ ਰਿਹਾ ਓ ਚਮਕਣ ਤਾਂ ਮੈਂ ਹੁਣ ਆਇਆ ਮੇਰਾ ਵਿਆਹ ਹੁੰਦਾ ਪਈ ਹੈ ਤੇਰਾ ਵਿਆਹ ਹੋਣ ਲੱਗਾ ਰਮਦੂ ਹਾਂ ਉਹ ਤੈਨੂੰ ਕਿੰਨੇ ਰਿਸ਼ਤਾ ਦੇ ਦਿੱਤਾ ਹੈ ਮੈਨੂੰ ਨਹੀਂ ਦੇ ਸਕਦੇ ਉਹ ਤੇਰਾ ਤਾਂ ਮੂੰਹ ਹੀ ਨਹੀਂ ਵਿਆਹ ਕਰਨ ਵਾਲਾ ਆ ਨਹੀਂ ਨਹੀਂ ਮੇਰਾ ਹੁੰਦਾ ਵੀ ਹੈ ਵਿਆਹ ਉਹ ਵੀ ਸੱਕੇ ਮਾਮੇ ਦੀ ਧੀ ਨਾਲ ਆ ਤੂੰ ਮੈਨੂੰ ਲਾੜਾ ਬਣਾ ਬਸ ਕਰਦੇ ਆ ਤੈਨੂੰ ਲਾੜਾ ਤਿਆਰ ਭੱਟੀ ਮੈਂ ਜਲਦੀ ਆ ਨਹੀਂ ਮੈਂ ਬਾਹਰ ਲੱਗਾ ਓ ਮੈਂ ਪਹਿਲੇ ਆਇਆ ਰੁਕ ਜਾ ਓ ਠਹਿਰ ਜਾ ਮੈਨੂੰ ਓ ਮੈਂ ਕਿੰਨੀ ਦੇਰ ਦਾ ਖਲੋਤਾ ਆ ਓ ਮੈਨੂੰ ਕਾਲੀ ਏ ਬੜੀ ਛੱਡ ਦੇ ਕਾਲੀ ਨੂੰ ਤੂੰ ਓ ਮੇਰਾ ਤਾਂ ਵਿਆਹ ਹੁੰਦਾ ਪਿਆ ਤੇਰਾ ਕੀ ਏ ਤੇ ਮੈਨੂੰ ਕੀ ਤੇਰੇ ਵਿਆਹ ਨਾਲ ਓ ਤੂੰ ਬਹਿ ਪਰਾਂ ਓ ਠਹਿਰ ਜਾ ਭਾਈ ਓ ਬਹਿ ਪਰਾਂ ਆ ਸਵਾਲੀ ਆਵੀਂ ਨਾ ਓ ਯਾਰ ਉਤਰ ਓ ਮੈਂ ਪਹਿਲੇ ਆਇਆ ਮਨ ਦੇ ਤੈਨੂੰ ਬਵਨ ਦਾ 10000 ਸਵਾਲੀ ਮੈਂ ਪਹਿਲੇ ਆਇਆ ਕਿ ਇਹ ਪਹਿਲੇ ਆਇਆ ਉਹ ਰਮਜ਼ੂ ਭੱਟੀ ਸਾਹਿਬ ਪਹਿਲੇ ਆਏ ਨੇ ਇਹਨਾਂ ਦੀ ਕਟਿੰਗ ਕਰਨ ਦਿਓ ਮੈਨੂੰ ਪਹਿਲੇ ਮੇਰਾ ਕੰਮ ਹੋਏਗਾ ਨਾ ਉਹ ਮੈਨੂੰ ਕਾਲ ਏ ਤੇ ਪਹਿਲੇ ਆ ਜਾਣਾ ਸੀ ਤੂੰ ਤੈਨੂੰ ਕਾਲ ਏ ਦੇ ਮੈਨੂੰ ਕੀ ਪਤਾ ਤੂੰ ਵੀ ਬੈਠਾ ਹੈ ਤੇ ਮੈਂ ਖਤ ਕਰਾਉਣ ਬੈਠਾ ਆ ਕਿੰਨੀ ਦੇਰ ਤੋਂ ਕੋਈ ਗੱਲ ਨਹੀਂ ਤੂੰ ਕਰਾ ਲਈ ਹਾਲੀ ਮੈਨੂੰ ਲਾੜਾ ਬਣਾਉਣ ਦੇ ਲਾੜਾ ਲਾੜਾ ਤੂੰ ਬਣਨਾ ਉਧਰ ਚੱਲ ਅਬੇ ਪਰਾਂ ਅਬੇ ਸਵਾਲੀ ਰੋ ਤੈਨੂੰ ਯਾਰ ਮੈਨੂੰ ਕਾਲ ਏ 10000 ਇਹਨੂੰ ਚਲੋ ਹੁਣ ਤੁਸੀਂ ਆਪਸ ਵਿੱਚ ਮੁਕਾਓ ਪਹਿਲੇ ਕਟਿੰਗ ਕਹਿੰਦੀ ਕਰਨੀ ਹੈ ਆ ਵੇਖ ਜਾ ਤੇਰੀ ਮਿਹਰਬਾਨੀ ਔਰ ਤੇਰੀ ਵੀ ਮਿਹਰਬਾਨੀ ਤੇ ਮੈਂ ਜਾਣਾ ਅਬੇ ਜਾ ਮੈਨੂੰ ਲਾੜਾ ਬਣਨ ਦੇ ਉਹ ਤੇਰਾ ਵਿਆਹ ਹੈ ਤੇ ਤੂੰ ਪਹਿਲੇ ਆ ਜਾਂਦਾ ਆ ਪਹਿਲੇ ਮੈਨੂੰ ਕਰਵਾਵਾਂ ਦੇਖਾਂ ਉਹ ਮੇਰਾ ਵਿਆਹ ਹੁੰਦਾ ਵੀ ਹੈ ਤੇਰਾ ਕੀ ਏ ਤੇਰੇ ਵਿਆਹ ਨਾਲ ਮੈਨੂੰ ਕੀ ਤਾਲੁਕ ਹੈਗਾ ਚੱਲ ਉੱਠ ਮੈਂ ਪਹਿਲੇ ਆਇਆ ਖਤ ਕਰਾਣਾ ਮੈਂ ਓ ਮੈਨੂੰ ਕਰਵਾ ਲਵਾਂਦੇ ਉੱਥੇ ਮੇਰੇ ਜਾਂਜੀ ਮੇਰਾ ਇੰਤਜ਼ਾਰ ਪੈ ਕਰਦੇ ਨੇ ਤੇਰੇ ਜਾਂਜੀ ਖਲੋਤੇ ਨੇ ਯਾ ਤੈਨੂੰ ਛੱਡ ਕੇ ਟੁਰ ਜਾਣ ਮੈਨੂੰ ਕੀ ਮੈਂ ਤੇ ਜਾਣਾ ਦਫ਼ਤਰ ਖਤ ਕਰਾ ਕੇ ਤੇ ਮੈਂ ਜਾ ਰਿਹਾ ਪਹਿਲੇ ਮੈਂ ਹੀ ਕਰਾਣਾ ਇਸ ਲਈ ਤੈਨੂੰ ਕਹਿ ਰਿਹਾ ਚੱਲ ਉੱਠ ਤੂੰ ਓ ਨਹੀਂ ਨਹੀਂ ਪਹਿਲੇ ਮੈਂ ਕਰਵਾ ਸਾਂ ਮੈਂ ਬਹਿ ਗਿਆ ਮੈਂ ਕਰਵਾ ਸਾਂ ਪਹਿਲੇ ਉੱਥੇ ਮੇਰੇ ਜਾਂਜੀ ਇੰਤਜ਼ਾਰ ਪੈ ਕਰਦੇ ਨੇ ਤੂੰ ਰੌਲਾ ਪਾ ਦਿੱਤਾ ਹੈ ਓ ਮੇਰੇ ਵਿਆਹ 'ਚ ਰੁਕਾਵਟ ਨਾ ਬਣ ਤੂੰ ਮੇਰੇ ਖਤ 'ਚ ਰੁਕਾਵਟ ਕਿਉਂ ਬਣਦਾ ਪਿਆ ਉੱਠ ਮੇਰਾ ਵਿਆਹ ਹੋਵਣ ਦੇ ਲੜ ਨਹੀਂ ਮੈਂ ਹੁਣ ਬਹਿ ਗਿਆ ਮੈਂ ਨਹੀਂ ਉੱਠਣਾ ਬਸ ਜੋ ਮਰਜ਼ੀ ਹੋ ਜਾਵੇ ਭਲੇ ਲੜਾਈ ਹੋ ਜਾਵੇ ਹਾਂ ਆ ਤੇਰੀ ਮਿਹਰਬਾਨੀ ਆ ਮੈਨੂੰ ਕਰਵਾ ਲਵਾਂਦੇ ਆ ਤੇਰੀ ਮਿਹਰਬਾਨੀ ਬੜੀ ਮੁਸ਼ਕਿਲ ਨਾਲ ਤਾਂ ਮੇਰਾ ਵਿਆਹ ਹੁੰਦਾ ਪਈ ਹੈ ਹੈ ਆ ਤੇਰੀ ਮਿਹਰਬਾਨੀ ਏ ਅੱਲਾ ਦਾ ਨਾ ਹੀ ਤੇਰੀ ਮਿਹਰਬਾਨੀ ਆ ਮੈਨੂੰ ਕਰਵਾ ਲਵਾਂਦੇ ਫਿਰ ਮੈਂ ਪੈਰਾਂ ਨੂੰ ਹੱਥ ਲਾਣਾ ਮੈਨੂੰ ਤਿਆਰ ਹੋਵਣ ਦੇ ਕਰੋ ਯਾਰ ਇਹਨੂੰ ਤਿਆਰ ਕਰ ਲਓ ਪਹਿਲੇ ਆ ਮਿਹਰਬਾਨੀ ਤੂੰ ਉੱਥੇ ਬਹਿ ਠੀਕ ਹੈ ਭੱਟੀ ਸਾਹਿਬ ਆਓ ਬੈਠੋ ਮੈਂ ਰਮਦੂ ਨੂੰ ਤਿਆਰ ਕਰ ਲੈਣਾ ਹਾਂ ਰਮਦੂ ਤੇਰਾ ਕੀ ਕਰਨਾ ਹੈ ਆ ਮੈਨੂੰ ਲਾੜਾ ਬਣਾਓ ਲਾੜਾ ਤਾਂ ਤੈਨੂੰ ਅੱਲਾ ਨੇ ਬਣਾ ਦਿੱਤਾ ਹੈ ਹੈ ਹੁਣ ਮਜਾਵਾ ਨਹੀਂ ਮੇਰਾ ਮਤਲਬ ਹੈ ਕਿ ਤੇਰੀ ਹੁਣ ਕਟਿੰਗ ਕਰਨੀ ਹੈ ਜਾਂ ਦੂਲਾ ਮੇਕਅਪ ਕਰਨਾ ਹੈ ਆ ਕਟਿੰਗ ਵੀ ਕਰਨੀ ਹੈ ਆ ਮੇਕਅਪ ਵੀ ਕਰਨਾ ਹੈ ਆ ਜਿਹੜਾ ਤੁਸੀਂ ਲਾਉਂਦੇ ਹੋ ਲਾਲੀਆਂ ਛਾਲੀਆਂ ਮੇਰਾ ਮੂੰਹ ਭਗਾ ਦਿਓ ਅੱਛਾ ਅੱਛਾ ਇੰਜ ਦਾ ਤਿਆਰ ਕਰਾਂ ਤੇ ਤੈਨੂੰ ਫਰੰਟ ਸੀਟ ਤੇ ਬਿਠਾਵਾਂ ਹੈ ਨਾ ਉਹ ਮੈਂ ਲਾੜਾ ਮੈਂ ਬਹਿ ਜਾਸਾਂ ਠੀਕ ਹੈ ਹਾਂ ਮੈਂ ਕਹਿੰਦਾ ਜੀ ਤੁਹਾਨੂੰ ਇਹੋ ਜਿਹਾ ਬਣਾ ਦੇਣਾ ਸਸੁਰਾਲ ਤੈਨੂੰ ਆਣ ਹੀ ਨਹੀਂ ਦੇਣਗੇ ਉਹ ਤੂੰ ਬਣਾ ਬਸ
ड्रेसिंग थोड़ी कर लिया। हाँ जी। अच्छा हाँ दूल्हा बनाना है तेनू। हाँ जी लाड़ा लाड़ा जना वे हो जा आवांगे के तेनू ना फ्रंट सीट ते जगह दे हैं जी। हाँ वाल किसे मकरानी बलोच तू ले आए अरे अल्लाह दी तरफू है ना गुदड़ावले वाल है ना मैं की करा आ चल कटिंग कर दे आ तेरे वाल तो ना पट बैलेंस करदा पिया पटदा केड़ा वाल तेरे हैन के हो जे आ पीड़ होंदा है पीड़ बड़ी होनी है तेरी ब्याह तो बाद तेनू जद छितर पैने हां मैं सुनया है बुढ़िया बड़ा मार दियां अ नहीं नहीं ओए मुझे नहीं है। अच्छा आ मेरे मामे दी धी जो होई हां ए भी शुक्र कर के तेरी अपने मामे दी धी है। हां कि तू बाहरों आंदी ना हां तो फिर तेनू पता लग जाना सी तो मैं उन दिनों करता ही क्यों? हाँ हाँ अच्छा हाँ मैं तेरे सोना बना के गल दा हाँ हाँ बना बना हाँ क्लीन शेव भी कर दे हाँ तेरे ओ नहीं क्लीन शेव नहीं आ शेव करनी है ही अच्छा हाँ छोटे ना करी वाल मेरे नहीं नहीं छोटे नहीं करता हाँ सोना बना दा हाँ सोना बना बना हाँ पूरा उंज ते मैनू संडा ही लगदा हाँ हाँ आ उना उना आ वेख ले वड्डे छोटे ना होवन बराबर करता पिया लेवल करके भेजांगा तेनू कर लेवल लेवल कर लेवल नहीं होंगे तो तेनू जावन ही नहीं देंदा मैं भावे तीन दिन लग जान हाँ? हाँ? सवाली भाई यार जल्दी कर लो यार जिन्ना भी इनू तैयार तुसी कर लेना ना इंदा मुंह ओहो जिहा ओहो ही रहना आ चुप कर ए बंदा नहीं बड्डी साहब ना ते पर इंदे कम बंदे आले नहीं हैगे ਤੈਨੂੰ ਇਹ ਦੱਸ ਤੇਰਾ ਰਿਸ਼ਤਾ ਕਿੰਨੇ ਕਰਾਇਆ ਉਹ ਮੇਰੇ ਮਾਮੇ ਨੇ ਆ ਮੈਨੂੰ ਸੱਜ ਕੇ ਦਿੱਤਾ ਹੈ ਰਿਸ਼ਤਾ ਕਿਉਂ ਉਹਨੂੰ ਹੋਰ ਕੋਈ ਬੰਦਾ ਨਹੀਂ ਲੱਭਿਆ ਤੇ ਮੈਂ ਬੰਦਾ ਨਹੀਂ ਆ ਨਹੀਂ ਬੰਦਾ ਤੇ ਹੈ ਕੋਈ ਨਹੀਂ ਉਹ ਬੰਦਾ ਹੈ ਹਾਂ ਮੈਂ ਇੱਕ ਵਾਰ ਫੋਨ ਸੁਣ ਲਿਆ ਫੋਨ ਸੁਣ ਲਿਆ ਘਰੋਂ ਆਂਦਾ ਪਿਆ ਹੈਲੋ ਉਹ ਮੈਂ ਹਾਲੀ ਦੁਕਾਨ ਤੇ ਆ ਤੁਹਾਨੂੰ ਦੱਸਿਆ ਤੇ ਹੈ ਮੈਂ ਆਉਂਦੇ ਟਾਈਮ ਲੈ ਆਵਾਂਗਾ ਕੀ ਮਰਜ਼ ਹੈ ਤੁਹਾਨੂੰ ਹੈਂ ਲੈ ਆਵਾਂਗਾ ਸਾਰੀ ਚੀਜ਼ਾਂ ਲੈ ਆਵਾਂਗਾ ਹੋਰ ਕੀ ਲਿਆਉਣਾ ਘੀ ਕੋਈ ਨਹੀਂ ਅੱਛਾ ਘੀ ਵੀ ਲਿਆਉਣਾ ਅੱਜ ਸਵੇਰ ਨਿਕਲਣ ਲੱਗਿਆ ਪੁੱਛ ਤੇ ਆਣਾ ਸੀ ਉਹ ਹੁਣ ਸੌਦਾ ਮੁੱਕ ਗਿਆ ਹੋਗਾ ਹੁਣ ਘਰੋਂ ਫੋਨ ਆ ਗਿਆ ਤੇ ਸੁਣੀ ਇਹਨਾਂ ਆ ਮੇਰੀ ਜਲਦੀ ਕਟਿੰਗ ਕਰ ਮੈਂ ਜਾਣਾ ਹੈ ਤੂੰ ਇਹਨਾਂ ਕਾਲਾ अब छेती कार छेती कटिंग तेरी हो गई है बाकी सिर्फ मेकअप ही करना वाला है आओ भी कार है थोड़ी पर लेवल चेक करांगा एंड चलो कार कार छेती कार आ वो तो बड़ा कोई ओल्ड बंदा है बुजुर्ग चिट्टे वाल बड़े ने कलर भी कर दिया हां नहीं नहीं चिट्टे कितने हां नहीं चिट्टे तो है नहीं कोई नहीं मगर चिट्टे ने मगर तो भट्टी बैठा है यार सवाली किन्नी देर होगी यार मैं किन्नी देर तो बैठा मैं दफ्तर जान तो बैठा हाँ ए कमले जैन मैं बारी देती थे तू उन चिमड़ी गया उन छाड़ दे छेती कर छेती ओ छेती करता पिया सबर भी कर ओ आ खून बजता पिया मेरा सुन ले हाँ ओए आ मेरे बिराद आ फोन है ओ की होया व्या कैंसल हो गया और ठहर से जा मैनू गल से करन दे कर 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 हां हेलो हां अब थोड़ी देर है मैं आना हां अब फिकर ना करो बस उन्हें थोड़ा आखरी काम रह गया मैं करवा के आंदा पिया हां ओ आ जा सा ओ बस कर यार काम करिए रख दे बुलांदा पिया ओ ठहर से जा आ थोड़ा कम रह गया यार मैं आ जाना हाँ फिकर ना करो आ देख आ उन्हें मैं बस से थोड़ा जी आखरी कम रह गया हाँ हाँ
ਉਹ ਬੜਾ ਚੰਗਾ ਕੰਮ ਹੋ ਗਿਆ ਹੈ। ਹਾਂ ਓਏ ਆਂਦਾ ਪਿਆ ਬੇਫਿਕਰ ਹੋ ਜਾਓ, ਬਸ ਥੋੜਾ ਕੰਮ ਰਹਿ ਗਿਆ ਹੈ। ਹਾਂ ਬੰਦ ਕਰੋ ਹੁਣ ਬਸ। ਓ ਸਵਾਲੀ ਛੇਤੀ ਕਰ। ਹਾਂ ਛੇਤ ਓ ਇੱਕ ਮਿੰਟ ਯਾਰ, ਘਰੋਂ ਫੋਨ ਆਇਆ ਲੈ। ਹਾਂ ਹੁਣ ਤੈਨੂੰ ਵੀ ਫੋਨ ਆ ਗਿਆ ਹੈ। ਹਾਂ ਹੁਣ ਕੀ ਏ, ਕੀ ਮੁੱਕ ਗਿਆ ਹੈ? ਹੈਂ ਆਟਾ ਮੁੱਕ ਗਿਆ? ਕਿੰਨੀਆਂ ਰੋਟੀਆਂ ਖਾ ਲੈਂਦੇ ਹੋ? ਚਲੋ ਮੈਂ ਆਟਾ ਵੀ ਲਿਆਵਾਂਗਾ। ਬੰਦ ਕਰੋ ਹੁਣ ਮੈਨੂੰ ਕੰਮ ਕਰਨ ਦਿਓ। ਕਦੀ ਘੀ ਮੁੱਕ ਜਾਂਦਾ, ਕਦੀ ਆਟਾ ਮੁੱਕ ਜਾਂਦਾ, ਪੂਰਾ ਰਾਸ਼ਨ ਮੁਕਾਈ ਖਲੋਤੇ। ਤੂੰ ਫੋਨ ਬੰਦ ਹੀ ਚੱਕਾ ਰੇਖਾ। ਉਹ ਘਰ ਦਾ ਫੋਨ ਹੈ, ਵਿਆਹ ਤੋਂ ਬਾਅਦ ਤੈਨੂੰ ਪਤਾ ਲੱਗੇਗਾ ਕਿਵੇਂ ਬੰਦ ਕਰੀਦਾ ਫੋਨ। ਹਾਂ ਹਾਂ ਤੂੰ ਬਾ ਕਾਲ ਕਰ ਬਸ। ਹਾਂ ਹਾਂ ਕਟਿੰਗ ਤਾਂ ਹੋ ਗਈ ਹੈ, ਬਸ ਹੁਣ ਤੇਰਾ ਮੇਕਅਪ ਹੀ ਰਹਿ ਗਿਆ। ਆ ਕਰ ਨਾ, ਬਸ ਲੈਵਲ ਚੈੱਕ ਕਰ ਰਿਹਾ ਸਿਰ ਮੈਂ। ਆ ਕਰ ਕਰ ਲੈਵਲ ਜਿਹੜਾ ਜਿਹੜਾ ਨਾ ਕਲਮਾ ਦਾ ਸਹੀ ਨਹੀਂ ਲੱਗਦਾ ਮੈਨੂੰ, ਥੋੜਾ ਜਿਹਾ ਕਲਮ ਸਹੀ ਕਰਾ ਲੈ। ਕੰਨ ਪੱਕਾ ਹੋਇਆ ਹੈ। ਦਵਾਈ ਲੈ ਡਾਕਟਰ ਤੂੰ। ਉਹ ਲਾਈ ਤਿਹਾਈ ਕੰਨ ਪੱਕਾ ਹੈ, ਸੁਣਾਈ ਨਹੀਂ ਦਿੰਦਾ। ਹਾਂ ਜੀ ਆ ਵੇਖਾਂ ਹੁਣ। ਹਾਂ ਜੀ ਹਾਂ ਜੀ ਓਕੇ ਹੋ ਗਿਆ, ਹੋ ਗਿਆ। ਹਾਂ ਚਲੋ ਸ਼ੁਕਰ ਹੈ। ਲੈਵਲ ਹਾਲੀ ਚੈੱਕ ਕਰਨਾ ਐਂਡ ਵਿੱਚ, ਜ਼ਰੂਰਤ ਪਈ ਤੇ ਫਿਰ ਕੱਪੜਾ ਲਾ ਦਿਆਂਗੇ। ਹਾਂ ਜੀ ਲੈਵਲ ਚੈੱਕ ਕਰ ਲੈ ਤੂੰ ਬਸ। ਆ ਮੇਰਾ ਮੂੰਹ ਤੇ ਵੇਖ, ਥੱਲੇ ਲਾ ਇੱਥੇ ਸਿਰ। ਹਾਏ ਤੇਰਾ ਮੇਕਅਪ ਕਰਾਂ। ਆ ਮੈਂ ਲਾੜਾ ਨਾ ਨਾ ਬੰਨਾ ਹੁੰਦਾ ਤੇ ਮੈਂ ਕਦੀ ਤੇਰੇ ਕੋਲ ਆਣਾ ਹੀ ਨਹੀਂ ਆ। ਉਂਝ ਤੈਨੂੰ ਆਣ ਕਿੰਨੇ ਦੇਣਾ ਸੀ? ਹਾਂ ਹਾਂ ਪਹਿਲੇ ਸੰਡੇ ਵਰਗਾ ਮੂੰਹ ਸੀ। ਜੁਗਤਾ ਨਾ ਮਾਰ, ਮੇਰਾ ਫੋਨ ਆਇਆ, ਚਾਹ ਵੀ ਨਾ ਉਰਾ। ਹਾਂ ਉਰਾ ਚਾਹ ਲੱਗਦਾ ਨਾ ਥੋੜਾ ਬਹੁਤਾ। ਨਹੀਂ ਨਹੀਂ ਮੈਂ ਆ ਜਾਂਦਾ। ਆ ਥੋੜਾ ਜਿਹਾ ਲੈਵਲ ਚੈੱਕ ਕਰਾ ਲਵਾਂ ਮੈਂ। ਆ ਬਸ ਆਣਾ ਸਵਾਲੀ, ਛੇਤੀ ਲੈਵਲ ਚੈੱਕ ਕਰੇਗਾ। ਹਾਂ ਕਰਦਾ। ਆ ਮੈਂ ਰੱਖ ਲਵਾਂ। ਕਰਦਾ ਆਇਲਾ। ਹਾਂ ਇੱਕ ਮਿੰਟ ਯਾਰ, ਘਰੋਂ ਫੋਨ ਆਇਆ, ਸੁਣ ਲਿਆ ਕੀ ਮੁੱਕ ਗਿਆ ਫਿਰ। ਹੈਲੋ ਕੀ ਮੁੱਕ ਗਿਆ? ਚੀਨੀ ਮੁੱਕ ਗਈ ਹੈ। ਉਹ ਲੈ ਆਉਂਦਾ ਚੀਨੀ, ਹੁਣ ਫੋਨ ਬੰਦ ਕਰੋ, ਕਸਟਮਰ ਬੈਠੇ ਨੇ ਕੀ ਸੋਚਣਗੇ, ਹਰ ਚੀਜ਼ ਮੁਕਾਈ ਬੈਠੇ ਹੋ। ਲੈ ਆਉਂਦਾ ਮਿਰਚਾਂ ਵੀ, ਲੈ ਆਉਂਦਾ ਚੀਨੀ ਵੀ, ਲੈ ਆਉਂਦਾ ਮੈਂ ਵੀ ਆਉਂਦਾ। ਕਿੱਥੇ ਫਸ ਗਏ? ਵਿਆਹ ਤੇ ਕਰਨਾ ਹੀ ਨਹੀਂ ਚਾਹੀਦਾ। ਮੇਰਾ ਤੇ ਹੋਵਨ ਦੇ ਵਿਆਹ, ਹੋਵਨ ਦੇ ਨਾ, ਥੋੜਾ ਜਿਹਾ ਲੈਵਲ ਰਹਿ ਗਿਆ, ਇੱਧਰ ਮੂੰਹ ਕਰ ਯਾਰ। ਬੜੀ ਬੋ ਆਉਂਦੀ ਪਈ ਕੰਨ ਚ।
ਫੋਨ ਆਂਦਾ ਪਈ ਓਏ ਹੋਏ ਮੈਂ ਸੁਣਦਾ ਯਾਰ ਚੱਲ ਸੁਣ ਹਲੋ ਹੈ ਕੀ ਹੋਇਆ ਇਹ ਕੀ ਕਹਿੰਦੇ ਪਿਓ ਹੈ ਇਮਾਨ ਨਾਲ ਲੈ ਜੀ ਓ ਕੀ ਹੋਇਆ ਹੈ ਓ ਤੇਰੇ ਮਾਮੇ ਨੇ ਰਿਸ਼ਤਾ ਦੇਣ ਤੋਂ ਇਨਕਾਰ ਕਰਤਾ ਹਾਂ ਹੈ ਕੀ ਹੋਇਆ ਨਾਲ ਇਮਾਨ ਦੇ ਹੈ ਲੈ ਬਾਈ ਕੀ ਹੋਇਆ ਤੇਰਾ यार मैं सही तो बोल मैं सही नहीं बोला नहीं दोबारा कर यार दोबारा कर यार दोबारा कट कर तू भी शुरू रहना है कट कर कट कर इत्थे रख सिर अच्छा सुए दे सिर आले आ इत्थे रख मैनू काले ठीक है बस कट कर पुत्तर आ मेरे भरा दा फोन है उन्हें की किया शादी कैसा लोगे ओ ठहर तो जा हेलो नाजरीन हमारी वीडियो अच्छी लगी हो तो हमारे चैनल टैम पे कॉमेडी को सब्सक्राइब और लाइक जरूर करें और बेल आइकन के निशान पर ऑल के बटन को जरूर दबाएं ताकि हर आने वाली नई वीडियो आप तक पहुंच सके।